ਗੀਤ ਪੜ ਕੇ ਆਏ, ਮੇਰਾ ਦਿਲ ਕੀਤਾ ਆ ਕੇ ਫੇਣੀਆਂ ਖਾਵਾਂ। ਭਰਜਾਈ ਕੋਲੋਂ ਫੇਣੀਆਂ ਲਈਆਂ, ਸੜ ਫੁੱਕ ਕੇ ਦਿੱਤੀਆਂ ਫੇਣੀਆਂ, ਇੰਨੀਆਂ ਕੁ ਫੇਣੀਆਂ ਕਿਉਂ ਦਈਏ ਸੇ ਫੇਣੀਆਂ ਤੈਨੂੰ ਕਿਉਂ ਦਈਏ? ਕੌਣ ਆ ਤੂੰ? ਹੈ ਉਹ ਤੇਰੀ ਨਵੀਂ ਨਹੇਲੀ ਹੈ, ਦੁਲਹਨ ਆਈ ਆ, ਇਹਦੇ ਹੱਥਾਂ ਦੀ ਮਹਿੰਦੀ ਨੀ ਤੂੰ ਲੱਥੜ ਦਿੱਤੀ? ਇਹਨੂੰ 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 ਪੁੱਛ ਲੁੱਕ ਲੁੱਕ ਫੋਨ ਕਿਹਨੂੰ ਕਰਦੀ ਆ? ਕਿਹੜੇ ਸਿਰਕੇ ਤੇ ਕੱਲੇ ਕਾਨੇ ਆ? ਮੈਂ ਤੇ ਉਹ ਸ਼ਤੀਰੀ ਨਾਲ ਖਲੋਤੇ ਆ। ਮਰੇ ਢਾਰਾ ਜਿਹਾ ਬਣਾਇਆ ਵਾ ਤੂੰ? ਉਹ ਢਾਰਾ ਨੀ, ਬੜੀ ਪੱਕੀ ਛੱਤ ਆ, ਬੜੇ ਦੇ ਦੌਰ ਦੀ ਪਾਈ ਜਾਣੀ ਕਿਤੇ ਨੀ। ਨੀ ਛੱਤ ਤਾਂ ਏਦਾਂ ਦਾ ਬੱਕਰੀਆਂ ਰਹਿਣ ਡਈਆਂ ਅੰਦਰ। ਮੈਂ ਕਿਹਾ ਹੁਣ ਤੁਸੀਂ ਸਿਰ ਫੜਿਆ, ਕੋਈ ਇਹਦਾ ਹੱਲ ਵੀ ਕੱਢਣਾ ਕਿ ਨਹੀਂ ਕੱਢਣਾ? ਓਏ ਹੱਲ ਕੀ ਕੱਢਣਾ ਭਰਜਾਈਏ, ਹੱਲ ਉੱਥੇ ਨਿਕਲਦੇ ਹੁੰਦੇ ਜਿੱਥੇ ਬੱਤਿਆਂ ਦੇ ਵਸ 'ਚ ਹੋਵੇ। ਇੱਥੇ ਤੇ ਬੰਦਿਆਂ ਨੇ ਸਿਰ ਫੜਿਆ ਤੇ ਤੂੰ ਬੁੜ ਬੁੜ ਬੋਲੀ ਜਾਂਦਾ ਹੀ ਆ। ਕਰ ਲਓ ਗੱਲ। ਹਾਂ, ਭੌਂਗਲਾ ਕਿੰਨਾ ਭੌਂਗ ਹੁੰਦਾ ਭੌਂਗ? ਇਹ 'ਚ ਭੌਂਗਣ ਵਾਲੀ ਲਾਲਾ ਕਿਹੜੀ ਗੱਲ ਆ ਵੀ ਸਵੇਰੇ ਜੋ ਝਾੜੂ ਚੁੰਬਾ ਇਹਨੇ ਕੀਤਾ ਤੇ ਹੁਣ ਇਹਦਾ ਕੰਮ ਬਣਦਾ ਨਾ ਭਰਜਾਈ ਦਾ? ਤੇਰੀ ਵੱਡੀ ਭਰਜਾਈ ਆ, ਤੇਰੀ ਮਾਵਾਂ ਵਜਾਇਆ ਪੁੱਤ। ਓਏ ਮਾਂ ਹੁੰਦੀ ਤਾਂ ਰੌਲੇ ਪੈਣੇ ਹੀ ਨਹੀਂ ਸੀ, ਦੂਜੇ ਦਿਨ ਕੋਈ ਨਾ ਕੋਈ ਕਟਾ ਖੁੱਲਿਆ ਹੁੰਦਾ ਘਰ ਦੇ ਵਿੱਚ। ਦੱਸੋ ਵੇ ਪਾਲਿਆ, ਮੈਂ ਤੁਹਾਨੂੰ ਆਪਣੇ ਹੱਥੀ ਆਈ ਸਮਝ ਤੇ ਹੁਣ ਤੂੰ ਕਹਿੰਦਾ ਕਿ ਝਾੜੂ ਚੰਪ ਸਾਰਾ ਕੁਝ ਉਹ ਕਰਦੀ ਏ, ਮੇਰਾ ਕੀਤਾ ਨਜ਼ਰ ਨਹੀਂ ਆਂਦਾ ਤੁਹਾਨੂੰ ਘਰ 'ਚ ਕੁਝ? ਉਹ ਭਰਜਾਈਏ, ਜੇ ਤੂੰ ਕੰਮ ਨੂੰ ਹੱਥ ਲਾ ਹੀ ਲੈਣੀ ਆ ਤੇ ਟੋਟੇ ਕਰ ਦਿੰਨੀ ਆ ਸਾਡੇ ਬੋਲ ਬੋਲ ਦਿਮਾਗ ਦੇ। ਕਰ ਲੋ ਕਰ, ਸ਼ਾਮ ਤੱਕ ਮੈਂ ਖੱਪ ਜਾਣੀ ਕੰਮ। ਤੂੰ ਕਾਕੀ ਚੁੱਪ ਕਰ ਜਾ, ਤੂੰ ਨਾ ਸਾਡੇ ਭਰਾਵਾਂ ਦੀ ਗੱਲ 'ਚ ਬੋਲੀ ਜ਼ਬਾਨ ਦਰ ਮੈਂ ਦੱਸਿਆ ਨਹੀਂ ਤੂੰ ਨਾ ਖਬਰਦਾਰ ਮੇਰੇ ਹੁੰਦੇ ਨਾ ਬੋਲੇ ਕੁੜੀ। ਉਹ ਤੇਰੇ ਹੁੰਦੇ ਆ ਬੋਲੂਗੀ ਤੇ ਪਤਾ ਲੱਗੇਗਾ ਘਰ ਦੇ ਵਿੱਚ ਕੀ ਕੁੱਤੀ ਚੀਕਾ ਖਿਲਦੇ ਆ। ਤੂੰ ਤਾਂ ਬੋਲਣ ਦਿਆ ਕਿ ਨਹੀਂ? ਉਹ ਵੀ ਤੇਰੀ ਜ਼ਬਾਨ ਹੀ ਬੋਲਦੀ ਆ। ਰਾਤੀ 11 ਵਜੇ ਆਇਆ ਮੈਂ, ਬੂਹਾ ਖੜਕਾ ਖੜਾ 12 ਵਜ ਗਏ ਮੈਨੂੰ। ਆ ਭਰਜਾਈ ਉੱਠੀ ਆ ਰਾਤ ਕਿਤੇ ਖੁਰੇ ਵੱਲ ਗਈ ਆ, ਉੱਥੋਂ ਵੇਖਿਆ ਮੈਂ ਲੇਕਿਨ ਕੁੰਡਾ ਨਹੀਂ ਖੋਲਿਆ ਇਹਨੇ। ਤੂੰ ਕਿਹੜੇ ਵੇਲੇ ਰਾਤ ਨੂੰ 12 ਵਜੇ ਕੀ ਕਰਨ ਦੀ? ਹੈ ਹਾਏ ਹਾਏ, ਮੈਂ ਤੇ ਬਾਹਰ ਵਾਸ਼ਰੂਮ ਆਈ ਆ ਤੇ ਮੈਨੂੰ ਤੇ ਪਤਾ ਹੀ ਨਹੀਂ ਹੈਗਾ। ਤੇ ਵਾਸ਼ਰੂਮ ਆਇਆ ਸੀ, ਕੰਨਾਂ 'ਚ ਰੂੰ ਲਿਆ ਸੀ, ਉਹ ਬੂਹਾ ਖੜਕਾਉਂਦਾ ਤੇ ਪਾਗਲ ਹੋਇਆ, ਤੂੰ ਬੂਹਾ ਖੋਲ ਦਿੰਦੀ ਜਾ ਕੇ। ਹਾਏ ਹਾਏ, ਇਹਨੇ ਬੂਹੇ ਬੰਦ ਕੀਤੇ ਹੋਏ ਆ, ਬੂਹੇ ਬੰਦ ਆ। ਜਦੋਂ ਭਾਏ ਨਾ ਆਉਂਦੇ ਨੇ ਤੇ ਉਦੋਂ ਸਾਨੂੰ ਖੋਲਣਾ ਪੈਂਦਾ। ਤੂੰ ਬੜਾ ਉੱਥੇ ਉਲਟਬਾਈਆਂ ਲਾ ਲਾ ਕੇ ਜਾ ਕੇ ਖੋਲਦੀ ਆ। ਨਹੀਂ ਬੰਦ ਰਹੀ ਆ, ਮੈਂ ਪਰਸੋਂ ਜਦੋਂ ਤੂੰ ਆਇਆ। ਹਾਂ, ਮੈਂ ਇਹਨੂੰ ਭੇਜਿਆ, ਮੈਂ ਕਿਹਾ ਲਾਲਾ ਬੂਹਾ ਖੜਕਾਉਂਦੇ ਆ, ਆ ਗਏ ਵਿਹਲਾ ਕਿਤੋਂ? ਆ ਤੈਨੂੰ ਬੰਨਿਆ ਸੀ ਉਹਨੇ ਤੇ ਤੂੰ ਜਾਣਾ, ਉਹਨੇ ਗਾਣਾ ਸੀ ਨਾ ਖੁੱਲਾ ਹੋਵੇ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਲੈ ਹੋਰ ਤੈਨੂੰ ਪਤਾ ਹੁੰਦਾ, ਸਾਨੂੰ ਪਤਾ ਨਹੀਂ ਹੁੰਦਾ। ਦੁਬਾਰਾ ਦੇਖੋ ਇਹਦੀ ਚਰਚਰ ਕਿਵੇਂ ਚੱਲਦੀ। ਸਵੇਰੇ ਦੁੱਧ ਹੋ ਗਿਆ ਲੇਟ ਸਾਡੇ ਵੱਲੋਂ। ਅੱਛਾ, ਉਹ ਮੈਂ ਕਿਹਾ ਹੁਣ ਮੈਂ ਤੇ ਕੰਮ ਤੇ ਨਿਕਲਣਾ ਭਰਜਾਈ ਕੋਲੋਂ, ਚਾਹ ਪੁੱਛ ਲੈਣਾ। ਮੈਂ ਜਾ ਕੇ ਭਰਜਾਈ ਨੂੰ ਕੱਪ ਦਿੱਤਾ, ਮੈਂ ਕਿਹਾ ਭਰਜਾਈਏ ਚਾਹ ਦੇ। ਇੰਜ ਕਰਕੇ ਪੋਣੀ ਰੱਖੀ ਆ, ਪਤੀਲੀ ਟੱਚ ਕਰਕੇ ਪਰੇ ਕਰ ਲਈ, ਇੰਨੀ ਕੁ ਚਾਹ ਦਿੱਤੀ। ਉਹ ਮੈਨੂੰ ਇੰਜ ਲੱਗੇ ਮੈਂ ਉਂਗਲ ਦੇ ਨਾਲ ਅੱਖ 'ਚ ਪਾਉਣੀ ਚਾਹ। ਤੂੰ ਬੜਾ ਤੇ ਚਾਹ ਰਸ ਸਵੇਰੇ ਸਵੇਰੇ ਵੰਡਦਾ ਵਾਂ, ਚਾਹ ਰਸ ਵੰਡਦਾ ਆਪਣਾ, ਤੈਨੂੰ ਪਤਾ ਹੀ ਨਹੀਂਗਾ। ਆ ਤੇਰੀ ਬੁੱਢੀ, ਫਟਾਫਟ ਸਾਲਨ ਦੇ ਦਿਓ, ਕਦੀ ਰੋਟੀ ਦੇ ਦਿਓ। ਹੈ ਲੈ, ਤੁਸੀਂ ਪਕਾਉਂਦੇ ਕੀ ਆ? ਪਕਾਉਂਦੇ ਕੀ ਆ ਤੁਸੀਂ? ਵੱਡਾ ਗੋਸ਼ਤ, ਵੱਡਾ ਗੋਸ਼ਤ ਪਕਾਇਆ ਕੱਲ, ਵੱਡਾ ਗੋਸ਼ਤ ਪਾਲਕ ਪਾ ਕੇ। ਪਤਾ ਨਹੀਂ ਕਿਹੜਾ ਵੱਡਾ ਗੋਸ਼ਤ, ਕਿੱਥੋਂ ਚੁੱਕੀ ਆਈ ਹੈ ਤੇ ਭਾਬੀ ਕੌਲੀ ਲੈ ਕੇ ਉੱਤੇ ਖੜੀ ਸੀ। ਦਿੱਤਾ ਕਿ ਨਹੀਂ? ਸਦਕੇ ਦਾ ਗੋਸ਼ਤ ਪਤਾ ਨਹੀਂ ਆਉਂਦਾ ਤੁਹਾਨੂੰ, ਕਿਤੇ ਵੱਡਾ 1100 ਦਾ ਕਿਲੋ ਲਿਆਂਦਾ ਸੀ, ਪੁੱਠ ਦਾ ਸੀ, ਪੁੱਠ ਦਾ ਆ ਉਹਨੇ ਜਾਨਵਰ ਦਾ ਪੀਸ ਲਾ ਕੇ ਦਿੱਤਾ। ਮੰਗੇ ਉਹਦੇ ਗੋਸ਼ਤ ਕਿੱਥੋਂ ਆ ਗਿਆ? ਇਹ ਕੋਈ ਸਦਕੇ ਸੁਦਕੇ ਦਾ ਯਾ ਜਿਹੜਾ ਤੂੰ ਪਕਾਤਾ, ਕਿਹੜਾ ਮੰਗਲ ਵਾਲੇ ਨੇ? ਮੰਗਲ ਨੂੰ ਲਿਆਂਦਾ ਤੁਸੀਂ ਗੋਸ਼ਤ? ਆ ਪਰਸੋਂ ਸੀ ਮੰਗਲ, ਮੈਂ ਕੱਲ ਦੀ ਗੱਲ ਕੀਤੀ ਆ ਤੈਨੂੰ। ਕੱਲ ਦੀ ਗੱਲ ਕੀਤੀ ਆ? ਸਾਰੇ ਬਹਾਨੇ ਹੀ ਨੇ ਸਿਰਫ, ਇਥੋਂ ਨਿਕਲਣਦੇ ਨਿਕਲਣਦੇ ਕਿਆ? ਇਹਨਾਂ ਨਿਕਲਣ ਦਿੰਨਾ ਮੈਂ? ਨਿਕਲਣਾ ਕਿੰਨੇ ਨਿਕਲਣਾ? ਇਹ ਤੁਸੀਂ ਵੀ ਇਥੋਂ ਨਿਕਲਣਾ, ਤੁਸੀਂ ਨਿਕਲਣਾ ਦੋਵਾਂ ਨੇ ਇਥੋਂ, ਅਸੀਂ ਨਹੀਂ ਜਾਣਾ। ਨਿਕਲਣਾ ਜਿੰਨਾ ਤੁਹਾਡਾ ਉਹਨਾਂ ਸਾਡਾ ਵੀ ਬੰਦਾ। ਤੂੰ ਯਕੀਨ ਕਰ, ਆ ਛੋਟੀ ਤੇ ਈਦ ਪੜ ਕੇ ਆਏ, ਮੇਰਾ ਦਿਲ ਕੀਤਾ ਆ ਕੇ ਫੇਣੀਆਂ ਖਾਵਾਂ। ਭਰਜਾਈ ਕੋਲੋਂ ਫੇਣੀਆਂ ਲਈਆਂ, ਸੜ ਫੁੱਕ ਕੇ ਦਿੱਤੀਆਂ ਫੇਣੀਆਂ, ਇੰਨੀਆਂ ਕੁ ਫੇਣੀਆਂ। ਕਿਉਂ ਦਈਏ ਸੇ ਫੇਣੀਆਂ ਤੈਨੂੰ, ਕਿਉਂ ਦਈਏ? ਕੌਣ ਆ ਤੂੰ? ਹੈ
ਓ ਤੇਰੀ ਨਵੀਂ ਨਹੇਲੀ ਐ ਦੁਲਹਨ ਆਈ ਆ ਇਹਦੇ ਹੱਥਾਂ ਦੀ ਮਹਿੰਦੀ ਨੀ ਤੂੰ ਲੱਥਣ ਦਿੱਤੀ 20 ਦਿਨਾਂ ਨੇ ਕੰਮ ਕੀਤਾ ਵਿਚਾਰੀ ਨੇ ਘਰ ਦਾ ਕਰਨਾ ਕਿਉਂ ਕਰੀਏ ਕਮਾਈ ਨਹੀਂ ਖਾਧੀ ਮੇਰੀ ਤੁਸੀਂ ਤੇਰੀ ਮੇਰੀ ਕਮਾਈ ਖਾਧੀ ਤੂੰ ਸਾਡਾ ਕੋਤਾ ਆ ਤੇ ਤੈਨੂੰ ਅਸੀਂ ਰੇੜੀ ਨਾਲ ਜੋੜ ਕੇ ਲਈ ਆਂਦੇ ਸੀ ਬੜੀ ਗੱਲ ਆ ਦੇਖਿਆ ਨਾ ਆਈ ਆ ਗੁਜ਼ਾਰੇ ਹੁਣੇ ਹੋ ਗਿਆ ਅਵੇਲਾ ਮਾੜੀ ਜੀ ਗੱਲ ਕਰਦੀ ਉਹਦੀ ਜ਼ਰੂਰਤ ਨਹੀਂ ਤੁਹਾਡੇ ਵੱਲ ਬਹੁਤਾ ਬੋਲੇ ਭਾਜੀ ਜਦੋਂ ਗੱਲ ਤੇ ਚੜ ਜਾਂਦੀ ਜਿੰਨਾ ਚ ਕੋਈ ਕੁੱਤੀ ਚੀਕਾ ਨਹੀਂ ਇਸ ਘਰ ਚ ਪੈਂਦਾ ਹਟਦੀ ਨਹੀਂ ਗੀ ਆ ਦੇਖਿਆ ਜੀ ਦੇਖਿਆ ਜੀ ਮੈਨੂੰ ਇੰਨੀਆਂ ਗੱਲਾਂ ਕਰਦੀ ਅੱਛਾ ਹਾਂ ਕੁੱਤਿਆ 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 ਕੀ ਵੱਡੀ ਭਰਜਾਈ ਨੂੰ ਕਹਿਣ ਡਿਆ ਤੂੰ ਕੁੱਤੀ ਚੀਕਾ ਹਾਂਜੀ ਸ਼ਰਮ ਕਰ ਕੋਈ ਸ਼ਰਮ ਕਰ ਮੇਰੀ ਸੁਣ ਲਾ ਲਾਲਾ ਗੱਲ ਹਾਂ ਮੈਂ ਉਹ ਮੰਨਾ ਡੀਲਰ ਨਹੀਂ ਜਿਹੜਾ ਕਿਹੜਾ ਆ ਮੁੰਡਾ ਜਿਹੜਾ ਨੁੱਕਰ ਤੇ ਆਹੋ ਆ ਨੁੱਕਰ ਵਾਲਾ ਉਹਨਾਂ ਨੂੰ ਬੁਲਾਇਆ ਵਾ ਮੈਂ ਕਿਹਾ ਵੀ ਅਸੀਂ ਇਹ ਰੇਟ ਲਵਾਉਣਾ ਮੈਂ ਤੈਨੂੰ ਦੱਸਦਾ ਤੂੰ ਉਹਨੂੰ ਮੰਨੇ ਨੂੰ ਬੁਲਾਇਆ ਤੇ ਮੈਂ ਉਹ ਸੀਲੇ ਕਸਾਈ ਨੂੰ ਬੁਲਾਇਆ ਮੈਂ ਤੇਰੇ ਟੋਟੇ ਕਰਵਾਉਣੇ ਨਹੀਂ ਇੱਥੇ ਟੋਟੇ ਤੇ ਹੋਣੇ ਲੇਕਿਨ ਪਲਾਟ ਦੇ ਮੇਰੇ ਨਹੀਂ ਤੈਨੂੰ ਮੈਂ ਦੱਸਦਾ ਕਿਹੜਾ ਕੀ ਆਉਂਦਾ ਕਿਹੜਾ ਆਉਂਦਾ ਇੱਥੇ ਪਲਾਟ ਸਾਡੇ ਵੱਲ ਦੇਖਣ ਨੂੰ ਨਹੀਂ ਤੈਨੂੰ ਤਕਲੀਫ ਕਾਹਦੀ ਇੱਥੋਂ ਜਾਣ ਦੀ ਉਹ ਸਾਡੇ ਮਾਪਿਆਂ ਦੀ ਨਿਸ਼ਾਨੀ ਆ ਉਹ ਨਿਸ਼ਾਨੀ ਹੁਣ ਗੱਲ ਚ ਪਾ ਕੇ ਫਿਰੀ ਜਾਈਏ ਕੱਲ ਨੂੰ ਬੱਚੇ ਹੋ ਜਾਣੇ ਆ ਲੜ ਲੜ ਮਰਨਗੇ ਭਰਜਾਈ ਦੇ ਕਿਸਾਨ ਨੂੰ ਬਰਦਾਸ਼ਤ ਕਰਦੇ ਅਸੀਂ ਕੋਈ ਨਹੀਂ ਜਾਣਾ ਛੱਡ ਕੇ ਮਕਾਨ ਪਿੰਡ ਚ ਗੁਜ਼ਾਰਾ ਹੋਣਾ ਤੇ ਬਾ ਠੀਕ ਆ ਮੇਰੇ ਜੇਗੇ ਤੇ ਹੱਦ ਮਾਰ ਦਿਓ ਮੈਨੂੰ ਮੈਂ ਆਪਣਾ ਵੇਚ ਲੈਣਾ ਹਾਏ ਮਾਰ ਦੇ ਤੇ ਹਾਏ ਮੈਂ ਮਰ ਗਈ ਬਟਵਾਰੇ ਸ਼ੁਰੂ ਹੋ ਗਏ ਇਹ ਤੂੰ ਭਾਬੀ ਮਰ ਗਈ ਤੇ ਫੇਰ ਭਾਵੇਂ ਅਸੀਂ ਇੱਥੇ ਰਹਿ ਲਈਏ ਓਏ ਹੋਏ ਆ ਸ਼ਰਮ ਕਰ ਓ ਭਰਾ ਨੂੰ ਬੇਵਾ ਕਰਨ ਦੇ ਆ ਭਰਾ ਨੂੰ ਹਾਂ ਬੇਵਾ ਏਡਾ ਕਿਤੇ ਤੂੰ ਸਲਾਈ ਮਸ਼ੀਨਾਂ ਮਿਲਣੀਆਂ ਤੈਨੂੰ ਪਤਾ ਹੀ ਨਹੀਂ ਓ ਤੇਰੀ ਮਾਂ ਆ ਪਰਸੋਂ ਮੈਂ ਉੱਠਿਆ ਵਾ ਸੁਬਹ ਅੱਛਾ ਉਹ ਇਹਨੂੰ ਕਿਤੇ ਮਾਰੀ ਮੈਂ ਆਵਾਜ਼ ਮੈਂ ਕਿਹਾ ਪਾਣੀ ਤੇ ਫੜਾ ਜਾ ਇਹਨੇ ਕਿਤੇ ਸੁਣਿਆ ਨੀ ਕੱਪੜੇ ਧੋਂਦੇ ਹੀ ਸੀ ਗੁਰੇ ਅੱਛਾ ਮੈਂ ਕਿਹਾ ਚੱਲ ਭਰਜਾਈ ਕੋਲ ਪਾਣੀ ਪੀ ਲੈਣਾ ਮੈਂ ਭਰਜਾਈਏ ਉਹ ਕਿੱਥੇ ਆ ਫੇਰ ਕੋਈ ਨਹੀਂ ਅੱਛਾ ਉਹ ਤੇ ਮੈਂ ਤੇ ਅੰਦਰ ਗਿਆ ਤੇ ਸਿਗਰਟ ਲਾ ਕੇ ਬੈਠੀ ਜੋਗੇ ਉਹ ਤੂੰ ਸਿਗਰਟ ਪੀਣ ਲੱਪੀ ਮੈਂ ਵੀ ਕਮਾ ਐਦਾਂ ਛੱਡੇ ਭਰਜਾਈ ਜਿਹਦਾ ਪੁਰਾਣਾ ਬੰਬੂ ਆਉਂਦਾ ਓਏ ਹੋਏ ਮੈਂ ਵੀ ਕਮਾ ਮੇਰੀ ਡੱਬੀ ਜੋ ਸਿਗਰਟਾ ਕੱਢਦਾ ਕੌਣ ਤੇ ਮੈਂ ਉਹਦੇ ਨਾਲ ਖੋਖੇ ਲੈਣਾ ਲੜੀ ਜਾਂਦਾ ਉਹ ਮੇਰੇ ਵੀ ਗੈਸ ਜੀ ਹੋਈ ਸੀ ਮੈਂ ਇਹਨੂੰ ਆਖਿਆ ਮੈਂ ਭਰਜਾਈ ਮੈਂ ਸਿਗਰਟ ਤੇ ਲਾਈ ਤੇ ਮੇਰੀ ਵੱਖੀ ਚਲਾ ਦਿੱਤਾ ਤੇ ਉੱਥੇ ਹੀ ਲਾਣਾ ਸੀ ਮਰਨਾ ਤੇਰੇ ਮੂੰਹ ਤੇ ਲਾਂਦੀ ਮੈਨੂੰ ਇਹ ਦੱਸ ਤੂੰ ਸਿਗਰਟਾਂ ਕਦੋਂ ਦੀਆਂ ਸ਼ੁਰੂ ਕੀਤੀਆਂ ਕਿੱਥੇ ਪੀਨੀ ਆ ਮੈਂ ਤੂੰ ਪੀਨੀ ਆ ਤਾਂ ਦੱਸਣ ਦੇ ਭੌਂਕਣ ਦੇ ਆ ਵੀ ਕਹਿੰਦੇ ਬਾਸ ਕਰਦਾ ਪਿਆ ਇਲਜ਼ਾਮ ਲਾ ਰਿਹਾ ਓਏ ਮਾ ਮੇਰੀ ਤੀਵੀਂ ਦੇ ਇਲਜ਼ਾਮ ਲਾਉਣਾ ਨਹੀਂ ਜਿੰਨ ਰਹਿੰਦੇ ਤੇਰੇ ਦੁਸ਼ਮਣੀ ਲੈਂਦੀ ਸਾਡੇ ਨਾਲ ਹਾਂ ਸਾਡਾ ਨਹੀਂ ਤੇ ਗੁਜ਼ਾਰਾ ਇਹ ਤਾਂ ਮੈਨੂੰ ਇਹਨੇ ਫੇ ਦੱਸਿਆ ਨਾ ਕਿ ਭਰਜਾਈ ਅੱਗੇ ਵੀ ਤੇਰੀ ਸਿਗਰਟਾਂ ਸੁਗਟਾਂ ਖਿੱਚ ਕੁੱਚ ਲੈਂਦੀ ਆ ਬੜੀ ਗੱਲ ਆ ਬੜੀ ਗੱਲ ਆ ਇਹਨੂੰ ਵੇਖ ਇਹਨੂੰ ਓਏ ਕੱਲ ਮਸਾਲਾ ਮੰਗ ਬੈਠਾ ਕਿਤੇ ਤੁਸੀਂ ਇਹਨਾਂ ਭੁਲੇਖੇ ਨਾ ਕਰੇਲੇ ਗੋਸ਼ਤ ਪਤਨੇ ਪਕਾਏ ਸੀ ਮੈਨੂੰ ਸਮੈਲ ਲਾਈ ਮੈਂ ਕਿਹਾ ਯਾਰ ਚੱਲ ਮੇਰੇ ਭਰਾ ਦਾ ਘਰ ਕੋ ਗਿਆ ਨਾ ਖੁਸ਼ਬੂ ਮੈਂ ਜਾ ਕੇ ਖੁਸ਼ਬੂ ਤੇ ਉਹ ਤੇ ਮੈਂ ਕਿਹਾ ਮੈਂ ਜਾ ਕੇ ਜੱਗਿਆ ਕਾਕੀ ਥੋੜਾ ਸਾਲਣ ਦੇ 6 ਕਰੇਲੇ ਨਾ ਕੱਟੇ ਹੋਏ ਨਿੱਕੇ 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 ਪੱਲੇ ਪਾ ਕੇ ਮੈਨੂੰ ਫੜਾ ਦਿੱਤਾ ਮੈਂ ਕਿਹਾ ਕਾਕੀ ਮੈਂ ਤਾਂ ਗੋਸ਼ਤ ਦਾ ਵੀ ਸੁਣਿਆ ਸੀ ਕਹਿੰਦੀ ਗੋਸ਼ਤ ਨੂੰ ਤੁਹਾਡੇ ਵਾਸਤੇ ਪਾਇਆ ਸੀ ਬਸ ਆਹ ਵੱਡੇ ਭਰਾ ਦੀ ਇੱਜ਼ਤ ਬੱਲੇ 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 ਹੈ ਸਾਲਨ ਦਿੱਤਾ ਸੀ ਭਾ ਨੂੰ ਹਾਂ ਰੋਜ਼ਾਨਾ ਹੀ ਲੈਂਦੇ ਨੇ ਰੋਜ਼ਾਨਾ ਹੀ ਲੈਂਦੇ ਨੇ ਕਿਉਂ ਵੀ ਤੁਸੀਂ ਹਾਂਡੀ ਵੀ ਨਹੀਂ ਪਕਾਉਂਦੇ ਹੁਣ ਕਿੰਨਾ ਕਿ ਦੇਰ ਮੈਨੂੰ ਓਏ ਅਸੀਂ ਕਿੱਥੋਂ ਗੱਲੇ ਆ ਉਹ ਪਿਛਲਿਆਂ ਨੂੰ ਖਾਉਂਦੇ ਪਿਛਲਿਆਂ ਨੂੰ ਪਿਛਲੇ ਐਡੀ ਲੰਮੀ ਬਾਹ ਵਾ ਚੜੇਲ ਵੀ ਉਹ ਰਜਾਣੇ ਪਾ ਦਿੰਦੀ ਬੁਰਕੀ ਜਾ ਕੇ ਇਹ ਪਿਛਲਿਆਂ ਨੂੰ ਖਾਉਂਦੀ ਆ ਇਹ ਪਿੱਛਾ ਪਾਲ ਆ ਐਨੇ ਨੇ ਸੀ ਜੋ ਤੁਹਾਨੂੰ ਮੈਂ ਪਾਲ ਕੇ ਜਵਾਨ ਕੀਤਾ ਆ ਜਾ ਕੇ ਤੇਰਾ ਰਿਸ਼ਤਾ ਲੱਭ ਕੇ ਲਈਏ ਡੈਣ ਦਾ ਡੈਣ ਦਾ ਵੇਖੋ ਹੁਣ ਡੈਣ ਕਹਿਣ ਦੇ ਆ ਵੇਖਿਆ ਲਾਲਾ ਓ ਸ਼ੁਕਰ ਕਰ ਮੈਂ ਡੈਣ ਆ ਐਦਾਂ ਹੀ ਹੁੰਦੀਆਂ ਲਾਲਾ ਪਤਾ ਕੀ ਆ ਮੈਂ ਤੇਰਾ ਘੱਗਰ ਖੋਲ ਦੇਣਾ ਤੇ ਸਾਰਿਆਂ ਨੇ ਕਹਿਣਾ ਘੱਗਰ ਖੋਲ ਜਿਹੜਾ ਤੂੰ ਆਪਣੀਆਂ ਅੱਖਾਂ ਖੋਲ ਇਹਨੂੰ 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 ਪੁੱਛ ਲੁੱਕ ਲੁੱਕ ਫੋਨ ਕਿਹਨੂੰ ਕਰਦੀ ਆ
ਸਿਰ ਤੇ ਜੁੱਤੀ ਵੱਜੇਗੀ ਮੈਨੂੰ ਜਾਣਦਾ ਨੀ ਹੈਗਾ ਫੇਰ ਵੇਚ ਦਿੰਦੇ ਆ ਮੈਂ ਰੇਟ ਲਵਾ ਲੈਣਾ ਰੇਟ ਲਵਾ ਲਾ ਤੂੰ ਰੇਟ ਮੈਂ ਤਾਂ ਉਹਨੂੰ ਇਸ ਤੋਂ ਸੱਦਿਆ ਸੀ ਕਿ ਅੱਧ ਕਿੰਨਾ ਬਣਦਾ ਮੈਨੂੰ ਦੱਸ ਉਹ ਜਦੋਂ ਅੱਧ ਦੱਸੇਗਾ ਮੈਂ ਇੱਥੇ ਡੀਲਰ ਤੂੰ ਰੇਟ ਲਾ ਰੇਟ ਪਾਉਣਾ ਤੂੰ ਕਿੰਨਾ ਰੇਟ ਪਾਉਣਾ ਮੈਂ ਕਹਿਣਾ ਮੇਰੀ ਮਰਜ਼ੀ ਤੋਂ ਖਿਲਾਫ਼ ਵੇਚਣ ਡਿਆ ਇਹ ਮੇਰੇ ਵੀ ਬੁੜੇ ਦੀ ਆ ਤੇਰਾ ਬੁੜਾ ਕਿਤੇ ਰੇਟ ਤੇ ਪੈਣਾ ਚਾਹੀਦਾ ਤੁਹਾਡੇ ਉਹ ਕਿਉਂ ਆਇਆ ਚੀਨੀ ਮੁਰਗੀ ਲਿਆਂਦੀ ਰੋਜ਼ ਇੱਕ ਆਂਡਾ ਦਿੰਦੀ ਆ ਅੱਛਾ ਪੰਜ ਦਿਨ ਹੋ ਗਏ ਮੈਨੂੰ ਖੁੱਡੇ ਚੋਂ ਆਂਡਾ ਨਹੀਂ ਲੱਭਣ ਦਿਆ ਬੱਲੇ ਬੱਲੇ ਮੈਂ ਲੈ ਗਿਆ ਉੱਥੇ ਜਾਨਵਰਾਂ ਵਾਲੇ ਕੋ ਮੁਰਗੀ ਡਾਕਟਰ ਦੇ ਕੋਲ ਫੇਰ ਉਹਨੇ ਟੈਸਟ ਕੀਤੀ ਉਹਨੇ ਕਿਹਾ ਤੇ 5 ਦਿਨ ਤੋਂ ਆਂਡੇ ਦੇ ਰਹੀ ਆ ਤੇ ਫੇਰ ਇਹ ਹੁਣ ਰੇਟ ਹੋਣਾ ਤੁਹਾਡੇ ਤੇ ਇਹ ਆਂਡੇ ਵਾਰ-ਵਾਰ ਟੂਣੇ ਕਰਦੀ ਆ ਨਾ ਨਾ ਬਕਵਾਸ ਕਰਦਾ ਪਿਆ ਮੇਰੀ ਬਿਸਤੀ ਖਰਾਬ ਨਾ ਕਰਾ ਦੇ ਤੈਨੂੰ ਮੈਂ ਦੱਸਦੀਆਂ ਇਹ ਹੋ ਸਕਦੀਆਂ ਐਵੇਂ ਦੀਆਂ ਅੱਛਾ ਦਿੱਤਾ ਆਂਡਾ ਖਾਦਾ ਤੂੰ 2-4 ਦਿਨ ਆ 2 ਦਿਨ ਮੈਨੂੰ ਹਾਂ ਦੇਸੀ ਆਂਡਾ ਸੀ ਕੀ ਕਿਤੇ ਸੀ ਕਿੰਨੇ ਖਾਦੇ 5 ਦਿਨ 2-3 ਖਾਦੇ ਮੈਂ ਤੇ ਬਸ ਜਿਹੜੇ ਉਤਲੇ ਦੋ ਆ ਉਹਨਾਂ ਦਾ ਇਹਨੇ ਟੂਣਾ ਕੀਤਾ ਹੀ 2 ਦਿਨ ਅਸੀਂ ਘਰ ਨਹੀਂ ਸੀ ਐ ਮੇਰੇ ਕੱਪੜੇ ਵੀ 2 ਸੂਟ ਨਹੀਂ ਮਿਲਣ ਦੇ ਘਰੋਂ ਤੁਹਾਡਾ ਹਾਲ ਖਰਾਬ ਹੋਵੇ ਅੱਲਾ ਕਰਕੇ ਰੁੜ ਜਾ ਤੁਸੀਂ ਪਰ ਜਾਈਏ ਝਾੜੂ ਨਾ ਬਾਣ ਇਸ ਘਰ ਦੀ ਸਫਾਈ ਇਦਾਂ ਨਾ ਇਹਨੇ ਵੀ ਜਾਣਦਾ ਝਾੜੂ ਨਾ ਬਾਣ ਜਿਹੜੀ ਝਾੜੂ ਮਾਰਦੀ ਨਹੀਂ ਹੈਗੀ ਹੈ ਲਈ ਬਰਦਾ ਤੀਵੀਂ ਆਪਣੀ ਇੱਕ ਟਾਈਮ ਕਰਨਾ ਇੱਕ ਟਾਈਮ ਉਹ ਕਰੇ ਮੈਂ ਸਾਰਿਆਂ ਦਾ ਠੇਕਾ ਥੋੜੀ ਲਿਆ ਨਹੀਂ ਤੂੰ ਕਾਰੀ ਨਾ ਮਰ ਜਾ ਤੂੰ ਇੱਥੋਂ ਨਿਕਲ ਸਾਡੀ ਜਾਨ ਕਾਹ ਕਿਦਾਂ ਭਾਬੀ ਕਿੱਥੇ ਨਿਕਲ ਓਏ ਨਿਕਲ ਇੱਥੋਂ ਮਬਰਾ ਦਵਾ ਮਨੂਸੋ ਇਹ ਤਾਂ ਚਾਹੁੰਦਾ ਹੀ ਨਹੀਂ ਸੀ ਮੇਰਾ ਹੋਵੇ ਕਿਤੇ ਹਾਂ ਉਹਨਾਂ ਕੋ ਬਰਦਾਸ਼ਤ ਸੋਹਣੀ ਬੁੱਢੀ ਐ ਮੈਂ ਸੱਦ ਲਿਆ ਉਹਨੂੰ ਡੀਲਰ ਨੂੰ ਕਿਹੜੇ ਡੀਲਰ ਨੂੰ ਸੱਦ ਲਿਆ ਤੂੰ ਇੱਥੇ ਮੈਂ ਉਹਨੂੰ ਕਹਣਾ ਵੰਡ ਪਾ ਦੇ ਭਾਈ ਸਾਡੇ ਮੇਰਾ ਸੋਹਣੀ ਬੁੱਢੀ ਹੋਵੇ ਤੇ ਐਡੇ ਨਹੀਂ ਮਾਣ ਕਰੀ ਦੇ ਨਹੀਂ ਤੇ ਹੁਣ ਵੱਢ ਦਵਾਂ ਉਹਨੂੰ ਸੋਹਣੀ ਆ ਤੇ ਤੂੰ ਅੰਨਾ ਹੋ ਗਿਆ ਤੂੰ ਭਾਈ ਕਾਦਾ ਰੌਲਾ ਪਾਇਆ ਪੂਰੇ ਬੱਲੇ ਚ ਆਵਾਜ਼ ਆਉਣ ਡਈ ਤੁਹਾਡੀ ਤੇ ਭਾਜੀ ਕੂੜਾ ਬਾਹਰ ਹੀ ਪਿਆ ਵਾ ਤੁਸੀਂ ਕਿੱਧਰ ਆ ਗਿਆ ਉਹ ਕੂੜਾ ਮੈਨੂੰ ਸੱਦਿਆ ਮੈਂ ਤਾਂ ਆਇਆ ਵਾਂ ਓਏ ਇਹ ਆ ਡੀਲਰ ਅੱਛਾ ਡੀਲਰ ਆ ਆਇਆ ਕੁਰਸੀ ਚੱਕ ਲਿਆ ਭਰਾਵਾ ਇੱਧਰ ਆ ਦਾ ਰੌਲਾ ਮਕਾ ਸਾਡਾ ਤੂੰ ਉੱਠ ਕੇ ਆ ਨਾ ਇੱਧਰ ਓਏ ਉਹ ਫੜ ਲਾ ਕੁਰਸੀ ਮੈਂ ਤੇਰੀ ਭਰਜਾਈ ਕੋ ਬੈਠਾ ਹੱਥੀ ਪੈਣ ਲੱਗੇ ਸੀ ਉਹਦੇ ਤੇਰੇ ਪਿਓ ਦਾ ਹਿੱਸਾ ਮੈਂ ਦੇਖਦਾ ਤੇਰੇ ਪਿਓ ਦੇ ਹਿੱਸੇ ਨੂੰ ਮਰ ਗਿਆ ਪਿਓ ਤੁਹਾਡਾ ਗੰਦਾ ਬੰਦ ਕਰ ਉਹਦਾ ਸਟਾਰਟ ਗੰਦਾ ਸੀ ਉਹਦਾ ਤੂੰ ਨਿਕਲਿਆ ਤੇ ਨਾਲ ਗੰਦੀ ਹੈ ਸੱਟ ਲੱਗ ਗਈ ਤੇ ਰੰਡੀ ਹੋ ਜੂ ਤੇਰਾ ਵੱਡਾ ਭਰਾ ਤੂੰ ਬਕਵਾਸ ਕਰ ਉਹ ਕਿੱਦਾਂ ਹੋ ਜੇ ਮੇਰੀ ਕਿਹੜੀ ਉਮਰ ਆ ਹਜੇ ਮੇਰੀ ਵੀ ਤੇਰਾ ਚਾਂਸ ਵਾ ਮੈਨੂੰ ਕਿਸ ਕੰਮ ਲਈ ਸੱਦਿਆ ਤੁਸੀਂ ਲੜੀ ਜਾਣਾ ਤੇ ਉਹ ਭਰਾਵਾ ਤੈਨੂੰ ਦੱਸਿਆ ਕਿ ਆ 10 ਮਰਲੇ ਦਾ ਪਲਾਟ ਆ ਸਾਡੇ ਬੜੇ ਦੇ ਨਾਂ ਸੀਗਾ ਆ ਜਿਹੜਾ ਹਾਂ ਕਿਸੇ ਦਾ ਵੇਚਣ ਲੱਗੇ ਕਿੱਦਾਂ ਵੇਖਣ ਦੇ ਆ ਤੂੰ ਪੂਰਾ ਹੀ ਵੇਚਣਾ ਹਾਂਜੀ ਸਾਰਾ ਹੀ ਵੇਚਣਾ 5 ਮਰਲੇ ਇਹਨਾਂ ਦਾ ਵਾ 5 ਸਾਡਾ ਭਾਈ ਮੈਂ ਤੇ ਇਥੋਂ ਨਿਕਲਣ ਦੀ ਕਰਨੀ ਵੇਚ ਕੇ ਆਪਾਂ ਨਹੀਂ ਕਲਿਆਂ ਚ ਗੁਜ਼ਾਰਾ ਕਰ ਸਕਦੇ ਆ ਵੇਚਣਾ ਵਾ ਹਾਂ ਆ ਥੋੜਾ ਜਿਹਾ ਭਾਜੀ ਖੋਲ ਲਓ ਤੁਹਾਡੀ ਧੌਣ ਸਹੀ ਮੁਰਦੀ ਨਹੀਂ ਹੈਗੀ ਚਲ ਭਾਜੀ ਖੁੱਲੇ ਮਕਾਨ 'ਚ ਤੁਸੀਂ ਬੈਠੇ ਨਾ ਜ਼ੁਬਾਨ ਤੁਹਾਡੀ ਬਹੁਤੀ ਚੱਲਣ ਡਈ ਕੋਈ ਯਾਰ ਇੱਥੇ ਤਾਂ ਬਣਿਆ ਹੀ ਕੱਖ ਨਹੀਂ ਹੈਗਾ ਕੀ ਬਣੇ ਇੱਥੇ ਮਤਲਬ ਕੀ ਬਣਾ ਦਈਏ ਅਸੀਂ ਉਹ ਮਰੇ ਕੋ ਜਗ੍ਹਾ ਤਾਂ ਆ ਖੁਰਾ ਵਾ ਉਹ ਗੇਟ ਲੱਗਾ ਵਾ ਦੋ ਕਮਰੇ ਸਾਡੇ ਦੋ ਕਮਰੇ ਸਾਡੇ ਉਹ ਪਰਲਾ ਲਾਲੇ ਦਾ ਵਾ ਆ ਆ ਇਹਦਾ ਵਾ ਆ
ਲੈਣਾ ਕੀ ਹੈ ਇਹਦਾ? ਲੈਣਾ ਭਾਜੀ ਕੀ ਹੈ ਜੀ? ਰੇਟ ਲਵਾ ਲਾ ਭਰਾਵਾ, ਅਸੀਂ ਕਿਹੜਾ ਤੇਰੇ ਨਾਲ ਕੋਈ ਮਾੜੀ ਗੱਲ ਕਰਨੀ, ਰੇਟ ਲਵਾ ਲਾ ਪਹਿਲੋਂ ਪਿੰਡੋਂ। ਰੇਟ ਮੈਂ ਪਤਾ ਲਵਾਇਆ ਵਾ। ਇਹ ਗੱਲ ਦੇਣ ਚ ਰੱਖੀ, ਇਹ ਮਕਾਨ ਵੇਚਣਾ ਇਹਨੇ ਤੇ ਮੈਂ ਸਹਿਣ ਸੁਣ ਕੋਈ ਨੀ ਕਰਨੇ, ਤੇ ਮੈਂ ਤੈਨੂੰ ਕਚਹਿਰੀਆਂ ਚ ਧੋਣਾ ਹੀ ਦੇਣ ਚ ਰੱਖੀ ਗੱਲ। ਯਾਰ ਡਮਰੂ ਤੂੰ ਹਜ਼ਾਰ ਨੂੰ ਹੱਥ ਮਾਰ, ਮੈਨੂੰ ਤੂੰ ਦੁਕਾਨ ਤੋਂ ਬੁਲਾ ਕੇ ਲਿਆਂਦਾ ਵਾ, ਮੈਂ ਆਪਣੀ ਦੁਕਾਨ ਨੂੰ ਤਾਲਾ ਲਾ ਕੇ ਤੇਰੇ ਕੋਲ ਆਇਆ ਵਾ। ਉੱਥੇ 3600 ਗਾਹਕ ਮੇਰੇ ਆਲੇ ਸੀ, ਪਹਿਲਾਂ ਤੁਹਾਡਾ ਆਪਣਾ ਰੌਲਾ ਮੁੱਕਣਾ ਤੇ ਜਗ੍ਹਾ ਵਿਕਣੀ। ਉੱਥੇ ਪੱਕਾ ਤਾਲਾ ਲੱਗ ਜਾਣਾ ਤੇਰੇ, ਪੱਕਾ ਤਾਲਾ ਲੱਗ ਜਾਣਾ ਉੱਥੇ ਤੈਨੂੰ ਮਦਦ। ਵੀ ਵਾਲ ਕੱਟਦਾ ਦੁਕਾਨ ਤੇ 36 ਗਾਹਕ ਆਏ ਸੀ, ਵੀ ਡੀਲਰ ਦੀ ਦੁਕਾਨ ਤੇ ਇੱਕ ਅੱਧਾ ਬੰਦਾ ਹੁੰਦਾ ਵਾ, ਉਹ ਤੂੰ ਸੀਗਾ। ਇਹ ਵੇਚਣਾ ਭਾਈ ਮੈਂ ਤੇ ਹੱਦ ਮਾਰ ਦੇ ਮੈਨੂੰ, ਇਹ ਹੱਦ ਮਾਰ ਦੇ ਇਹਨੂੰ, ਇੱਧਰ ਜਨੂਬੀ ਕੋਰੀਆ, ਇੱਧਰ ਸ਼ਮਾਲੀ ਕੋਰੀਆ, ਨਾ ਨਾ ਤੇਰੇ ਜੰਮਣ ਦੇ ਲਈ ਨਹੀਂ। ਜਲਾਲੀ ਜਲਾਲੀ ਆ ਖਾਜੂਗੀ ਸਾਨੂੰ, ਇਹਨੇ ਪੜ ਦੇਣਾ ਓਏ ਡੈਣ, ਆ ਡੈਣ, ਇਹ ਡੈਣ ਦੀ ਵੀ ਭੈਣ ਆ। ਸ਼ਹਿਰ ਤਾਰੇ ਮੂੰਹ ਸ਼ਹਿਰ ਵਾਲੇ ਆ ਗਏ ਆ, ਹੁਣ ਲੈਣਾ ਕੀ ਆ? ਲੈਣਾ ਕੀ ਆ? ਪੰਜ ਮਰਲੇ ਦੇ ਪੈਸੇ ਲੈਣੇ ਮੈਂ ਤੇ, ਪੰਜ ਮਰਲੇ ਇਹਨਾਂ ਦਾ, ਉਹਦਾ ਮੈਂ ਕੁਛ ਨੀ ਲੈਣਾ। ਲੈ ਦੇ ਇਹਨੂੰ ਪੈਸੇ, ਦੇ ਪੈਸੇ, ਜੇ ਪਿਓ ਦਾ ਪੁੱਤਰ ਨੂੰ ਪੈਸੇ ਦੇ ਕੇ ਜਾਈ ਹੁਣ। ਬਹੁਤੀ ਜੀਵ ਉਹਦੀ ਚੱਲਣ ਡਈ, ਜੀਵ ਨਾ ਕਹੀ ਗੱਲਾਂ ਕਰਨ ਲੱਗ ਪਿਆ ਤੇਰੀ। ਤੇਰੀ ਆਵਾਜ਼ ਚੌਂਕ ਤੱਕ ਜਾਂਦੀ ਆ। ਮੈਂ ਤੇਰੀ ਆਵਾਜ਼ ਸੁਣ ਕਰ ਲਾਇਆ ਏ, ਉਹ ਮੈਨੂੰ ਕਾਹਦੇ ਵਾਸਤੇ ਸੱਦਿਆ ਮੈਨੂੰ ਤਾਂ ਦੱਸੋ। ਮੈਂ ਭਾਈ ਆ ਪੰਜ ਮਰਲੇ ਵੇਚਣਾ, 20 ਮਰਲਾ 2 ਲੱਖ ਨੂੰ ਵੇਚਣਾ ਮੈਂ, 10 ਲੱਖ ਦੀ ਮੇਰੀ ਜਗ੍ਹਾ। ਪੰਜ ਮਰਲੇ ਦਿਖਾ ਜਿਹੜੀ ਜਗ੍ਹਾ ਹੈਗੀ ਤੇਰੀ, ਪੰਜਾਬ ਕਾਇਆ ਉੱਤੋਂ ਸਾਰਾ। ਹਾਂ ਇਹਨੂੰ ਦਿਖਾ, ਹਾਂ ਇਹਨੂੰ ਦਿਖਾ, ਆ ਹਾਦੀ ਆ ਬਲਬ ਨਹੀਂ ਲੱਗਾ ਜਿੱਥੇ, ਆ ਮੰਜੀ ਵੀ ਮੇਰੇ ਹਿੱਸੇ ਚੜਾਈ ਇਹਨਾਂ ਨੇ, ਪਰੇ ਦਾਇਆ ਕਰੋ। ਓਏ ਓਏ ਓਏ, ਇੱਥੋਂ ਹੱਡਾ ਪੂਰੀ ਠੀਕ ਆ, ਆ ਉੱਥੇ ਤੱਕ ਕੰਧ ਕਰ ਗਿਆ, ਆ ਪੰਜ ਮਰਲੇ ਮੇਰਾ ਵਾ ਤੇ ਆ ਇਹਨਾਂ ਦਾ ਵਾ, ਮਰਨਿਆਂ ਦਾ ਦੀਵਾਰ ਚੈੱਕ ਕਰਨੀ ਹੈ ਜੇ ਹੱਥ ਨੇ ਡਿੱਗ ਵੀ ਫੇਰ ਬੱਲੇ 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 ਹੱਥ ਐਡਾ ਤੂੰ ਟਾਰਜਣ ਮਲਬਾ ਤਾਂ ਲੱਗਾ ਹੀ ਕੱਖ ਨੀ ਇੱਥੇ। ਉਹ ਮਲਬਾ ਕਿਹੜਾ, ਤੈਨੂੰ ਮਿਲ ਵੇਚਣ ਲੱਗੇ ਅਸੀਂ? ਅਸ਼ਤੀਰੀਆਂ ਸਤੂਰੀਆਂ ਵਿੱਚੇ ਜਾਣੀਆਂ, ਇਹ ਸਾਰਾ ਕੁਝ ਵੇਚਣਾ ਜਿਹੜਾ ਮੇਰੇ ਹਿੱਸੇ ਦਾ, ਸਾਰਾ ਕੁਝ ਵੇਚਣਾ ਭਾਈ ਮੈਂ। ਤੇ ਮਕਾਨ ਤਾਂ ਤੇਰਾ ਠੀਕ ਆ? ਹਾਂ, ਇਹਦਾ ਲਵਾ 2 ਲੱਖ ਨੂੰ ਮਰਲਾ ਵੇਚਣੀ ਮੈਂ, 10 ਲੱਖ ਦੇ ਜ਼ਮੀਨ ਦਾ ਬਣਿਆ ਬਕਾਇਆ, ਉੱਤੇ ਛਤੌਤ ਵੇਖ ਲਾ। ਉੱਤੇ ਕੀ ਪਾਇਆ ਵਾ? ਉੱਤੇ ਉੱਤੇ ਚੌਲ ਪਾਏ ਲੱਗਦਾ, ਕੀ ਪਾਇਆ ਜੀ? ਚਿੜੀਆਂ ਨੂੰ ਪਾਇਆ ਕੁਛ? ਉਹ ਭਾਈ ਹਾਂ, ਕਾਹਦੀ ਛੱਤ ਵਾ? ਸ਼ਤੀਰੀ ਦੇ ਕਾਨੇ ਪਾਏ ਸਿਰਕੀ। ਕਿਹੜੇ ਸਿਰਕੀ ਤੇ ਕੱਲੇ ਕਾਨੇ ਆ? ਮੈਂ ਤੇ ਸ਼ਤੀਰੀ ਨਾਲ ਖਲੋਤੇ ਆ। ਮਰੇ ਢਾਰਾ ਜਿਹਾ ਬਣਾਇਆ ਵਾ ਤੂੰ? ਉਹ ਢਾਰਾ ਨੀ, ਬੜੀ ਪੱਕੀ ਛੱਤ ਆ, ਬੜੇ ਦੇ ਦੌੜ ਦੀ ਪਾਈ ਜਾਣੀ ਕਿਤੇ ਨੀ। ਨੀ ਛੱਤ ਤਾਂ ਇੱਦਾਂ ਦਾ, ਬੱਕਰੀਆਂ ਰਹਿਣ ਡਈਆਂ ਅੰਦਰ। ਇਹ ਬੱਕਰੀਆਂ ਹੀ ਆ, ਇਹਨਾਂ ਤੂੰ ਬੰਦੇ ਨਾ ਸਮਝ। ਹੁਣ ਲੈਣਾ ਕੀ ਇਹਦਾ? ਹੁਣ ਤੂੰ ਭਰਜਾਈ ਨੇ ਮੇਰੇ ਸਾਹਮਣੇ ਬੱਕਰੀ ਕਹਿੰਦਾ, ਜੇ ਮੈਂ ਗਿਆ ਹੁੰਦਾ ਤਾਂ ਮੇਰੇ ਗੱਲ ਨੂੰ ਆਉਣਾ। ਯਾਰ ਆਪਣਾ ਕੁੱਤੀ ਚੀਕਾ ਬਾਅਦ ਚ ਪਾਈਓ, ਮੈਨੂੰ ਕੱਲ ਨਹੀਂ ਸਦਿਆ ਇੱਥੇ ਭਾਈ। ਪੰਜ ਮਰਲੇ ਚ ਮੈਂ ਵੇਚਣਾ ਨਾ, 2 ਲੱਖ ਨੂੰ 10 ਲੱਖ ਉਹ ਬਣਦਾ ਬਕਾਇਆ, ਛਤਾਓ ਤਾਂ ਕੋਈ ਰੁਪਈਆ 2 ਲੱਖ ਇਹਦਾ ਪਾਲਾ। ਉਰੇ ਆ ਮੇਰਾ ਭਰਾ ਇੱਥੇ ਬਹਿ। ਹਾਂ, ਕਿੰਨੀ ਉਮਰ ਹੋ ਗਈ ਤੇਰੀ? ਉਮਰ ਅੱਲਾ ਦੇ ਹੁਕਮ ਨਾਲ ਹੈਗੀ 35 ਸਾਲ। ਸ਼ਕਲ ਹੈ ਤੇਰੀ ਕਦੀ 10 ਲੱਖ ਡਾਇਰੈਕਟ ਦੇਖਿਆ ਵਾ? ਕਿੱਡਾ ਮੂੰਹ ਭਰ ਕੇ ਕਹਿ ਤਾ 10 ਲੱਖ ਖਾਲੀ ਢਾਰੇ ਦਾ 10 ਲੱਖ ਰੁਪਇਆ ਦੇ ਦਿੰਦਾ ਤੈਨੂੰ ਮੈਂ। ਉਹ ਕਿਹੜਾ ਢਾਰਾ ਭਾਈ, ਢਾਰਾ ਨਹੀਂ, ਕਮਰਾ ਵਾ ਪੂਰਾ। ਉਹ ਬਸ ਕਮਰਾ ਮੈਂ ਦੇਖਣ ਡਿਆ ਵਾ, ਕਮਰਾ ਤਾਂ ਅੰਦਰੋਂ ਤੁਸੀਂ ਏਦਾਂ ਕੀਤਾ ਕੁੱਕੜ ਲੜਦੇ ਆ। ਨਹੀਂ ਕਿੰਜ ਦਾ ਢਿੱਲ ਬੁਲਾ ਲੈ। ਕੋਈ ਨਹੀਂ ਮੈਂ ਕਰਦਾ ਗੱਲ, ਗੱਲ ਸੁਣ ਲੈ ਭਰਾਵਾ ਮੇਰੀ। ਇਹ ਵੇਚੇਗਾ ਸਾਡਾ ਰੌਲਾ ਮੁੱਕ ਜਾਣਾ, ਉਹ ਵੇਖਦੇ ਵੇ ਕਿੱਦਾਂ ਇਹ ਕੱਲ ਨੂੰ ਮਰ ਗਿਆ ਮੇਰੇ ਤੇ ਪਾ ਦੇਣਾ। ਮੇਰੇ ਨਾਲ ਪਾਪਾ ਤੁਹਾਡਾ ਖਾਨਦਾਨ ਸਾਰਾ ਮਰ ਜਾ, ਮੈਨੂੰ ਕਾਹਤੋਂ ਦੱਸਣ ਡਿਆ ਤੂੰ? ਲੈ ਹੁਣ ਬਿਆਨਾ ਲੈ ਕੇ ਸੌਂ ਤੂੰ। ਉਹ ਬਿਆਨਾ ਕੀ ਸਾਰੀ ਜਗ੍ਹਾ ਕੱਚੀ ਆ ਬਜ਼ੁਰਗਾ? ਉਹ ਕੱਚੀ ਜਗ੍ਹਾ ਤੂੰ
ਕੱਚੀ ਵੇਖਦੀ ਨੀ ਉਹ ਮਿੱਟੀ ਦਾ 10 ਲੱਖ ਰੁਪਇਆ ਦੇਦਾ ਤੈਨੂੰ ਭਾਈ ਮਿੱਟੀ ਦਾ ਨੀ ਜ਼ਮੀਨ ਦਾ ਦੇਣਾ ਰੇਟ ਦੇ ਵੇਖ 2.5 ਨੂੰ ਵੇਚੀ ਆ ਫਿਰ ਵੀ ਨੁੱਕਰ ਵਾਲਾ ਪਲਾਟ ਆ ਸਾਡਾ ਤੁਹਾਡੇ ਵਰਗੀਆਂ ਸ਼ਕਲਾਂ ਬੱਸਾਂ ਮਗਰ ਦੌੜਨ ਡਈਆਂ ਹੁੰਦੀਆਂ ਓਏ ਓਏ ਕਾਕਾ 10 ਲੱਖ ਖਬਰਦਾਰ ਜੇ ਤੂੰ ਸਾਡੀ ਜਗ੍ਹਾ ਦਾ ਨਾਂ ਲਿਆ ਤਾਂ ਅੱਜ ਤੇ ਜਗ੍ਹਾ ਹੀ ਲੈ ਲੈਣੀ ਇੱਥੋਂ ਨਿਕਲ ਚੱਲ ਚੱਲ ਇੱਥੋਂ ਨਿਕਲ ਜਗ੍ਹਾ ਕੱਚੀ ਆ ਬਬਲੂ ਉਹ ਤੂੰ ਭੁੱਲ ਨਿਕਲ ਜਾਣੀ ਜਗ੍ਹਾ ਉਹ ਕੱਚੀ ਹੁੰਦੀ ਪਿੰਡ ਥਾਂ ਨੁੱਕਰ ਵਾਲਾ ਪਲਾਟ ਆ ਸਾਡਾ ਯਾਰ ਨੁੱਕਰ ਵਾਲਾ ਵੀ ਹੈਗਾ ਲੇਕਿਨ ਫੇਰ ਵੀ ਕੋਈ ਰੇਟ ਹੁੰਦਾ ਵਾ ਤੂੰ ਭਰਾ ਲੱਗਦਾ ਸਾਡੀ ਦੁਕਾਨ ਤੇ ਤੂੰ ਆਉਣਾ ਜਾਂਦਾ ਵਾ 100 ਸਾਡੀਆਂ ਚਾਵਾਂ ਢੋਣਾ ਵਾ ਠੀਕ ਆ ਤੇਰੀ ਖੁਦਾਤ ਦੀ ਖਾਤਰ ਚੱਲ ਕੋਈ ਨਹੀਂ ਰੁਪਈਆ 9 ਲੱਖ ਲੈਣਾ ਲੈ ਵੀ ਮੇਰੀ ਸੁਣ ਲਾ ਗੱਲ 9 ਲੱਖ ਦੇਣ ਦਿਆ ਲੱਖ ਦੀ ਗੱਲ ਆ ਛੱਡ ਪਰਾਂ ਆ ਠੀਕ ਹੋ ਗਿਆ ਪਾ ਦੇਖਦਾ ਮੈਂ ਦੇਖਦਾ ਨਾ ਠੀਕ ਹੋ ਗਿਆ ਤੇ ਓਏ ਬਹਿ ਜਾ ਖਬਰਦਾਰ ਮੈਂ ਤੈਨੂੰ ਕਹਿੰਦਾ ਇੱਥੇ ਸਾਡੇ ਲੁਕਾ ਮੈਂ ਦੇਖਦਾ ਕਿਹੜਾ ਸਾਡੇ ਘਰ ਮੈਂ ਕਰਨ ਲੱਗਾ ਫੋਨ ਮੈਂ ਤੈਨੂੰ ਮੈਂ ਵੇਖਿਆ ਤੂੰ ਮੈਂ ਵੇਖਿਆ ਮੇਰੀ ਬਾਤ ਚੱਕ ਸਮਾਨ ਫੋਨ ਜਾਣਾ ਮੇਰੀ ਸੁਣ ਲਾ ਗੱਲ ਇਹਨੂੰ ਸਹੀ ਨਾ ਤੂੰ ਮੈਂ ਨਹੀਂ ਦੇਣਾ